ਅੰਬਾਲਾ ਦੇ ਇੱਕ ਨਿੱਜੀ ਕਾਲਜ 'ਚ ਸੁਰੱਖਿਆ ਦੀ ਵੱਡੀ ਚੁੱਕ ਦਾ ਮਾਮਲਾ ਸਾਹਮਣੇ ਆਇਆ ਏ। ਗੇਟ 'ਤੇ ਸੁਰੱਖਿਆ ਕਰਮੀ ਤੈਨਾਤ ਹੋਣ ਦੇ ਬਾਵਜੂਦ ਇੱਥੇ ਕੁਝ ਹਥਿਆਰਬੰਦ ਯੁਵਕਾਂ ਨੇ ਕਾਲਜ ਦੀ ਕੰਟੀਨ 'ਚ ਬੈਠੇ ਕੁਝ ਛਾਤਰਾਂ 'ਤੇ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਬੜੇ ਹੀ ਆਰਾਮ ਨਾਲ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਵੀ ਹੋ ਗਏ। ਇਸ ਕੁੱਟਮਾਰ 'ਚ 4 ਛਾਤਰ ਜ਼ਖਮੀ ਹੋਏ ਨੇ, ਜਿਨ੍ਹਾਂ 'ਚੋਂ ਇੱਕ ਨੂੰ ਚੰਡੀਗੜ੍ਹ PGI ਰੈਫਰ ਕੀਤਾ ਗਿਆ ਏ। ਖਾਸ ਗੱਲ ਇਹ ਹੈ ਕਿ ਪੂਰੀ ਵਾਰਦਾਤ ਕਾਲਜ ਦੀ ਕੰਟੀਨ 'ਚ ਲੱਗੇ CCTV ਕੈਮਰੇ 'ਚ ਕੈਦ ਹੋ ਗਈ, ਜਿਸ ਦੇ ਆਧਾਰ 'ਤੇ ਪੁਲਿਸ ਹਮਲਾ ਕਰਨ ਵਾਲੇ ਯੁਵਕਾਂ ਦੀ ਤਲਾਸ਼ 'ਚ ਜੁਟ ਗਈ ਏ। ਸ਼ੁਭਮ ਜੀ, ਸਮੋ ਰਾਮ ਸਿੰਘ ਸੰਨੀ ਜੀ, ਮੈਂ SD ਕਾਲਜ ਪੜ੍ਹਦਾ ਜੀ। ਲੈਕਚਰ ਲਗਾ ਕੇ ਕੰਟੀਨ ਆਇਆ ਤਾਂ ਮੈਂ ਬੈਠਾ ਤਾਂ, ਮੇਰੇ ਫਰੈਂਡ ਬੈਠੇ ਤੇ ਜੀ, ਚਾਰ ਮੈਂ ਕਾਲਜ ਆਏ ਜੀ। 2-3 ਮਹੀਨੇ ਕਾਲਜ ਗਏ ਤੇ ਜੀ, ਬਾਕੀ ਆਊਟਸਾਈਡਰ ਤੇ ਜੀ, ਇੱਕ ਜੋ ਫਾਈਨਲ ਕਰਕੇ ਚਲੇ ਗਏ, ਹਾਂ ਗਿਆ ਵੀ ਤਾਂ ਜੀ, ਤੋ ਤਲਵਾਰੇ ਲੈ ਰਹੇ ਤੇ ਜੀ, ਗਿਆ ਵੀ ਤਾਂ ਉਸਕੇ ਹਾਥ ਮੇਂ ਪਤਾ ਨਹੀਂ ਕਿਆ ਤਾ ਜੀ, ਗੱਟਾ ਗੁੱਟਾ ਜੀ, ਰਿਵੋਲਵਰ ਵਾਲਾ ਸਿਸਟਮ ਤਾ ਜੀ, ਰਿਵੋਲਵਰ ਤੀ ਸਾਰੇ। ਤੋ ਉਸਨੇ ਜੀ ਵਹਾਂ ਕੇ ਐਸੇ ਦਿਖਾਈ ਤੋ ਸਾਰੀ ਕੰਟੀਨ ਬਗਦੜ ਮਿਚ ਗਈ, ਤੋ ਉਹਨਾਂ ਨੇ ਮਾਰਨੇ ਸਟਾਰਟ ਕਰ ਦਿੱਤੇ। ਉਹਨਾਂ ਨੇ ਉਹ ਨਹੀਂ ਦੇਖਿਆ ਕਿ ਕਿਸ ਕੀ ਲੜਾਈ, ਕੌਣ ਪੈਸੇ ਮਾਰੇਗੇ, ਜੋ ਅੱਗੇ ਆਇਆ ਤੋ ਮੇਰਾ ਸਿਰ ਮੈਂ ਪਤਾ ਨਹੀਂ ਤਲਵਾਰ ਲੱਗੀ ਜੀ, ਤੋ ਮੈਂ ਨੀਚੇ ਗਿਰ ਗਿਆ, ਫਿਰ ਮੇਰੇ ਹੋਰ ਮਾਰਨੇ ਲੱਗੇ, ਫਿਰ ਇਹ ਕਿਹਾਂ ਲੱਗੀ ਜੀ, ਤੋ ਫਿਰ ਉਸਕੇ ਬਾਅਦ ਮੇਰੇ ਕੋ ਪਤਾ ਨਹੀਂ ਕਿਆ। ਲੈਕਚਰ ਲਗਾ ਕੇ ਆਇਆ ਜੀ, ਕੈਂਟੀਨ ਮੈਂ ਬੈਠੇ ਤੇ, ਤਭੀ 12-13 ਲੜਕੇ ਅੱਗੇ ਪਿੱਛੇ ਤੇ ਤਲਵਾਰੇ ਰੋੜੇ ਦੇ ਉੱਤੇ ਮਾਰਨਾ ਸ਼ੁਰੂ ਕਰ ਦਿਆ, ਮਾਰ ਮੁੱਕ ਕੇ ਜੋ ਤਭੀ ਭੱਗ ਗਏ। ਕਿੰਨੇ ਲੜਕੇ ਸੀ? 12-13 ਲੜਕੇ ਸੀ ਜੀ, ਸਭ ਕੇ ਬਾਅਦ ਤਲਵਾਰੇ ਰੋੜੇ ਸੀ। ਅਭੀ ਯਹਾਂ ਪੇ ਦੋ ਗੁਟੋਂ ਕੇ ਬੀਚ ਮੇਂ ਝਗੜਾ ਹੁਆ ਹੈ, ਔਰ ਕੁਛ ਲੜਕੇ ਆਊਟਸਾਈਡਰ ਵੀ ਬਤਾਏ ਜਾ ਰਹੇ ਹਨ। ਤੋ ਝਗੜੇ ਮੇਂ ਜੋ ਕੁਛ 3-4 ਲੜਕੇ ਇੰਜਰਡ ਵੀ ਹੋਏ ਹੈ, ਜਿਨਕੋ ਸਿਵਲ ਹੋਸਪਿਟਲ ਅੰਬਾਲਾ ਛਾਵਨੀ ਮੇਂ ਦਾਖਲ ਕਰਾਇਆ ਗਿਆ, ਔਰ ਇੱਕ ਲੜਕੇ ਕੋ ਵਹਾਂ ਸੇ ਰੈਫਰ ਵੀ ਕੀਆ ਗਿਆ। ਅਭੀ ਸਟੇਟਮੈਂਟ ਲਿਖ ਲਈ ਗਈ ਹੈ, ਔਰ ਜੋ ਪੁਲਿਸ ਕੀ ਕਾਰਵਾਈ ਬਣਤੀ ਥੀ ਵੋ ਕਰ ਰਹੇ ਹੈ, ਔਰ ਇਸਕੇ ਲੀਏ ਮੈਨੇ ਅਲਗ ਸੇ ਟੀਮੇਂ ਵੀ ਗਠਿਤ ਕੀ ਹੈ, ਜੋ ਲੜਕੇ ਸਸਪੈਕਟਡ ਲੜਕੇ ਹੈ ਉਹ ਉਨਕੋ ਪਕੜਨੇ ਕੇ ਲੀਏ ਔਰ ਪੁੱਛਤਾਛ ਕਰੇਂਗੇ, ਉਨਸੇ ਅਗਰ ਕੋਈ ਔਰ ਵੀ ਨਾਮ ਆਤੇ ਹੈ ਉਨਕੇ ਖਿਲਾਫ਼ ਵੀ ਹਮ ਕਾਰਵਾਈ ਕਰੇਂਗੇ। ਅੰਬਾਲਾ ਤੋਂ BS ਗੁਲਿਆਨੀ ਦੀ ਰਿਪੋਰਟ, ਚੈਨਲ 2।